ਗੁਰਦੁਆਰਾ ਸਾਹਿਬ ਤਰਨ ਤਾਰਨ ਸਾਹਿਬ ਪਹੁੰਚ ਗਏ ਹਾਂ, ਹੁਣ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਗੁਰਦੁਆਰਾ ਸਾਹਿਬ ਦੇ, ਦੇਖੀ ਚੱਲਿਓ। ਗੁਰਦੁਆਰਾ ਸਾਹਿਬ ਦੀ ਪਰਿਕਰਮਾ ਦੇ ਦਰਸ਼ਨ ਕਰਨ ਰਹੇ ਹਾਂ, ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਬਾਅਦ ਵਿੱਚ। ਸਭ ਤੋਂ ਵੱਡੀ ਪਰਿਕਰਮਾ ਮੇਰੇ ਖਿਆਲ ਨਾਲ ਤਰਨ ਤਾਰਨ ਸਾਹਿਬ ਦੀ ਹੈ ਨਾ। ਹੁਣ ਅਸੀਂ ਦੂਸਰੇ ਪਾਸੇ ਆ ਗਏ ਹਾਂ ਗੁਰਦੁਆਰਾ ਸਾਹਿਬ ਦੇ, ਪਰਿਕਰਮਾ ਸਾਰੀ ਕਰ ਲਈ ਦਰਬਾਰ ਸਾਹਿਬ ਦੀ, ਅਤੇ ਹੁਣ ਚੱਲੇ ਵਾਪਸ। ਸਰੋਵਰ ਬਹੁਤ ਵੱਡਾ ਆ, ਮੱਥਾ ਟੇਕ ਕੇ ਆਏ ਹਾਂ ਅਤੇ ਪ੍ਰਧਾਨ ਸਾਹਿਬ ਕਹਿੰਦੇ ਗੋਲਗੱਪੇ ਖਾਣੇ ਆ, ਤਰਨ ਤਾਰਨ ਸਾਹਿਬ ਦੇ ਗੋਲਗੱਪੇ, ਤਰਨ ਤਾਰਨ ਦੇ ਗੋਲਗੱਪੇ ਖਾਣੇ। ਚੱਲ ਖਾ ਲਓ ਫਿਰ, ਖਾ ਕੇ ਤੁਰਦੇ ਹਾਂ। ਇਹ ਗੋਲਗੱਪੇ ਆ ਪੰਜਾਬ ਦੇ, ਬਾਹਰ ਵੀ ਮਿਲ ਜਾਂਦੇ ਹੋਣੇ ਤਾਂ ਨਾ, ਬਾਹਰਲਿਆਂ ਮੁਲਕਾਂ 'ਚ ਮਿਲਦੇ ਹੀ ਹੋਣੇ। ਅਤੇ ਹੁਣ ਅਸੀਂ ਜਿਹੜੀ ਸਭ ਤੋਂ ਪਹਿਲੀ ਭੂਆ ਦੇ ਗਏ ਸੀਗੇ, ਉਹਨਾਂ ਦੀ ਜਿਹੜੀ ਕੁੜੀ ਆ, ਬੇਟੀ ਆ, ਡਾਟਰ ਆ, ਉਹਨਾਂ ਦੇ ਘਰ ਚੱਲੇ ਹਾਂ। ਉਹ ਵੀ ਇੱਥੋਂ ਲੱਗ ਗਈ ਆ, ਇੱਥੋਂ 20 ਕਿਲੋਮੀਟਰ ਹੋਣਾ ਆ। ਹੁਣ ਪਤਾ ਨਹੀਂ ਆ ਉਸ ਤੋਂ ਪਹਿਲਾਂ ਜਾਈਏ, ਉਸ ਤੋਂ ਪਹਿਲਾਂ ਆਪਣੇ ਬਾਬਾ ਬੁੱਢਾ ਸਾਹਿਬ ਜਾਈਏ ਜਾਂ ਬਾਅਦ 'ਚ ਜਾਈਏ, ਹੁਣ ਅਸੀਂ ਗੱਡੀ 'ਚ ਬਹਿ ਕੇ ਤੈਅ ਕਰਾਂਗੇ। ਪਰ ਪਹਿਲਾਂ ਗੋਲਗੱਪੇ, ਗੋਲਗੱਪੇ ਖਾਈ ਜਾਂਦੀ, ਗੋਲਗੱਪਾ ਹੀ ਬਣ ਗਈ। ਬਾਬਾ ਬੁੱਢਾ ਸਾਹਿਬ ਪਹੁੰਚ ਗਏ ਅਸੀਂ, ਅਤੇ ਹੁਣ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਅਤੇ ਫਿਰ ਅੱਗੇ ਜਾਵਾਂਗੇ। ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ, ਚਲੋ ਗੱਡੀ ਆਪਾਂ ਪਾਰਕਿੰਗ 'ਚ ਲਾ ਲਈਏ। ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰੋ ਜੀ, ਨਾਲੇ ਅਸੀਂ ਵੀ ਕਰੀਏ, ਨਾਲੇ ਤੁਹਾਨੂੰ ਵੀ ਕਰਾਉਂਦੇ ਹਾਂ। ਇੱਧਰ ਲੰਗਰ, ਗੁਰੂ ਕਾ ਲੰਗਰ ਗੁਰਦੁਆਰਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਸਾਹਿਬ। ਤਿੰਨ ਗੁਰਦੁਆਰਾ ਸਾਹਿਬ ਹੀ ਦਰਸ਼ਨ ਕਰਾ ਕੇ ਪਰੌਂਠੇ ਖਾ ਕੇ ਤੁਰੇ, ਬੈਟਰੀ ਡਾਊਨ ਹੋਈ ਪਈ, ਨੀਂਦ ਆਈ ਜਾਂਦੀ ਆ। ਹੁਣ ਜੋੜੇ ਜਮ੍ਹਾਂ ਕਰਾਈਏ ਫਿਰ ਮੱਥਾ ਟੇਕਦੇ ਹਾਂ।
हो गए दर्शन जी, अंदरों नहीं मैं कराए। मैं क्या मैं भाई साहब ना कोई कुछ कहे, वो तो पहले मैं कैमरा बंद कर दिता हूँ। तो हम जुते पा के भूआ की कुड़ी अपनी इतने लग गई पिंड उ चले हम जी अपना बाबा बुढ़ा साहब मत्था टेकन तो बाद ना हूँ खेम अपना भिखी पिंड टप के मखी गल टप के गलसिया गल पिंड आ ਉੱਥੇ ਪਹੁੰਚਣ ਵਾਲੇ ਹਾਂ। ਉੱਥੇ ਆਪਣੀ ਭੂਆ ਦੀ ਕੁੜੀ ਜਿਹੜੀ ਵਿਆਹੀ ਆ ਉੱਥੇ ਵਿਆਹੀ ਆ ਅਤੇ ਭੈਣ ਸਾਡੀ ਦੇ ਘਰ ਜਾਣਦੇ ਹਾਂ ਅਤੇ ਬਸ ਦੋ ਤਿੰਨ ਮਿੰਟ ਦਾ ਰਹਿ ਗਿਆ ਅਤੇ ਬਸ ਬੈਂਟਰੀ ਲੋ ਗਈ ਬਈ ਪੂਰੀ ਪਰਸੋਂ ਦੇ ਟਰੈਵਲ ਹੀ ਕਰੀ ਜਾਂਦੇ ਹਾਂ ਤੁਰੇ ਫਿਰਦੇ ਤੁਰੇ ਸਿੱਧੇ ਜਾਣਾ ਮੈਪ ਲਾਇਆ ਆ ਹੁਣ ਅਸੀਂ ਅਤੇ ਉੱਦਾਂ ਤਾਂ ਉੱਧਰੋਂ ਦੀ ਆਉਣਾ ਸੀ ਤਰਨ ਤਰਨ ਥਾਣੀ ਫਿਰ ਇੱਧਰੋਂ ਦੀ ਬਾਬਾ ਬੁੱਢਾ ਸਾਹਿਬ ਹੋ ਕੇ ਹੁਣ ਇੱਧਰ ਦੀ ਸਾਨੂੰ ਰਾਹ ਨਹੀਂ ਸੀ ਪਤਾ ਅਤੇ ਲੋਕੇਸ਼ਨ ਮੰਗਾਈ ਆ ਹੁਣ ਉੱਧਰ ਦੀ ਜਾਣਦੇ ਹਾਂ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ। ਹਾਂ ਬਸ ਹੋਈ ਪਈ ਬੈਟਰੀ ਪੂਰੀ ਲਓ ਅੱਧਾ ਘੰਟਾ ਹੋ ਗਿਆ ਰਾਹ ਦੇ ਤੁਰੇ ਜਾਂਦੇ। ਤਿੰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਭੂਆ ਕੋਲ ਹੁਣ ਕਹਿੰਦੇ ਯਾਰ ਪੰਜਵੇਂ ਥਾਂ 'ਤੇ ਆਏ ਹਾਂ ਟਰੈਵਲ ਬਹੁਤ ਕਰ ਲਿਆ ਅੱਜ ਆ ਪਿੰਡ ਲਾਤਾ ਮੈਨੂੰ ਛੱਪੜ ਜਿਹਾ ਆ ਗਿਆ ਵਾ ਬਾਕੀ ਆਉਂਦੇ ਆ ਤਾਂ ਗੱਲਬਾਤ ਕਰਦੇ ਆ ਤੁਹਾਨੂੰ ਲਾਉਂਦੇ ਆ ਨਾਲੇ ਬਾਕੀ ਡਰਾਇੰਗ ਰੂਮ ਦੇਖ ਲਓ ਜੀ ਡਰਾਇੰਗ ਰੂਮ ਪਲਵਾਨ ਵੀ ਦੇਖ ਲਓ ਪਕੌੜੇ ਖਾ ਕੇ ਹਟੇ ਹਾਂ ਅਤੇ ਤੁਹਾਨੂੰ ਮੈਂ ਮੈਂਬਰਾਂ ਨਾਲ ਬੁਲਾਉਂਦਾ ਹਾਂ ਆਹ ਸਾਡੀ ਭੈਣ ਬੈਠੀ ਆ ਲੱਤ ਤੜਾ ਕੇ ਇਹ ਜਿਹੜੀ ਨਾ ਸਭ ਤੋਂ ਪਹਿਲਾਂ ਭੂਆ ਦੇ ਆਪਾਂ ਘਰੇ ਗਏ ਸੀਗੇ ਨਾ ਇਹ ਉਹਨਾਂ ਦੀ ਕੁੜੀ ਆ ਹਾਂ ਇੱਧਰ ਸਾਹਿਬ ਸਾਡੇ ਪ੍ਰਾਹੁਣਾ ਸਾਹਿਬ ਬੈਠੇ ਆ ਅਤੇ ਹੁਣ ਅਸੀਂ ਚਾਹ ਪੀਣ ਲੱਗੇ ਹਾਂ ਹੈਪੀ ਐਨਵਰਸਰੀ ਬੋਥ ਆਫ ਯੂ